ਸਾਡੇ ਨਾ ਜੀ ਉਹ ਮੈਂ ਪਹਿਲੀ ਵੀਡੀਓ ਜਿੱਥੋਂ ਜਿਵੇਂ ਵਕਾਰ ਭਿੰਡਰ ਸਾਹਿਬ ਨੇ ਕਿਹਾ ਨਾ ਵੀ ਮੈਂ ਪਹਿਲੀ ਬਣਾਈ ਤੇ ਉਹ ਗੱਲ ਜਿੱਦਾਂ ਬਣੀ ਮੇਰੇ ਨਾਲ ਵੀ ਇਦਾਂ ਹੀ ਹੋਈ ਹੈ ਉਹ ਵੀਡੀਓ ਮੈਂ ਦੇਖ ਰਿਹਾ ਤੇ ਬਾਪੂ ਮੇਰਾ ਕੋਲ ਬੈਠਾ ਤੇ ਵੀਡੀਓ ਕੱਟਿਆ ਤੇ ਉਹਨੇ ਜਦੋਂ ਦੱਸਿਆ ਨਾ ਵੀ ਇੰਨੇ ਕਰੋੜ ਦੇ ਕੱਟੇ ਤੇ ਇਦਾਂ ਉਹ ਬੁੜੇ ਮੇਰੇ ਦੀ ਸੂਈ ਅੜ ਗਈ ਹਾਂ चौदह कट्टे ले ले जी पाले हां चार लाख दे ले तीन लाख का सैलेज को वंडा मुंडा पाया घरों भी उन्होंने खवाया हजे मैं जो पानी छड़न बन्नन की मैं गल ही नहीं करता ਸਾਡੇ ਉਹ ਚਾਰ ਦੇ ਲੈ ਕੇ ਉੱਤੇ ਤਿੰਨ ਲੱਖ ਲਾ ਕੇ ਸਾਰਾ ਕੁਛ ਕਰਕੇ ਨਾ ਜੀ ਉਹ ਪੌਣੇ ਚਾਰ ਦੇ ਵਿਕੇ ਉਹ ਹਿਸਾਬ ਆ ਜੀ ਉਹ ਵਪਾਰੀ ਇੱਕ ਲੱਖ ਰੁਪਈਆ ਧਾਰ ਕਰ ਗਿਆ ਹਾਲਾਤ ਵੀ ਕੋਈ ਨੀ ਹੁਣ ਵਪਾਰੀ ਅੱਗੋਂ ਫੋਨ ਨਾ ਚੱਕੇ ਬੁੜੇ ਮੇਰੇ ਦੀ ਸ਼ੂਗਰ ਲੋ ਜਾ ਕਰੇ ਮੈਂ ਉਹ ਮੇਰਾ ਦੁੱਖ ਨਾ ਜੀ ਉਹ ਅੰਦਰ ਬਣ ਗਿਆ ਮਾਈਕ ਦੇ ਉੱਤੇ ਆ ਗਏ ਹਾਂ ਹਾਂਜੀ ਉਹ ਅਸੀਂ ਬੈਠੇ ਨਿੰਮ ਦੀ ਛਾਂ ਥੱਲੇ ਤੇ ਗੁੱਸਾ ਬੜਾ ਆਵੇ ਵੀ ਉਹ ਵੀਡੀਓ ਵਾਲੇ ਨੇ ਸਾਡੇ ਨਾਲ ਕੀਤੀ ਕੀ ਬੰਦਾ ਉੱਥੇ ਬੈਠਾ ਜੀ ਮੇਰਾ ਪਿੰਡ ਦਾ ਹੀ ਦੋਸਤ ਉਹ ਨਿਸ਼ਾਨ ਕਹਿਣ ਲੱਗਾ ਕਿ ਉਹ ਦੋਸਤ ਦਾ ਨਾਮ ਨਿਸ਼ਾਨ ਆ ਉਹ ਕਹਿੰਦਾ ਯਾਰ ਇਹ ਜੋ ਯੂਟਿਊਬ ਵਾਲੇ ਜੋ ਇਦਾਂ ਝੂਠ ਚੜਾਉਂਦੇ ਆ ਤੂੰ ਸੱਚ ਚੜਾ ਦੇ ਲੈ ਯਕੀਨ ਰੱਬ ਤੇ ਕਰੋ ਖੁਰਲੀ ਤੇ ਬੈਠਾ ਉਹਨੂੰ ਮੈਂ ਮੋਬਾਈਲ ਫੜਾਇਆ ਉਹ ਜਿੱਦਾਂ ਜਿੱਦਾਂ ਸਾਡੇ ਨਾਲ ਹੋਈ ਉਦਾਂ ਉਦਾਂ ਹੀ ਮੈਂ ਚੜਾ ਦਿੱਤੀ ਉਹ ਸੱਚ ਦਾ ਸੌਦਾ ਸੀ ਵੇਖ ਗਿਆ ਤੇਰੀ ਹੈ ਕਿਆ ਬਾਤ ਹੈ ਕਿਆ ਬਾਤ ਓਏ ਬੈਠੋ ਜੀ ਬੈਠੋ 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 ਉੱਤੇ ਕਿਸੇ ਨੇ ਨਹੀਂ ਆਣਾ ਪਲੀਜ਼ ਉਹ ਪਿਆਰ ਕਰਨ ਵਾਲੇ ਨੇ ਨਾ ਬਿਸਮਿਲ ਬਿਸਮਿਲ ਬੰਦਾ ਸੌਖਾ ਰਵੇ ਬੋਲੀ ਉਹੀ ਆ ਆਪਣੇ ਦੁੱਖ ਦਾ ਸੁੱਖ ਦਾ ਤੇ ਗੁੱਸੇ ਦਾ ਬੰਦਾ ਗਾਣਾ ਕੱਢਣ ਦਾ ਸਵਾਦ ਵੀ ਮਾਂ ਬੋਲੀ ਜੀ ਆਂਦਾ ਬਹੁਤ ਹੋਰ ਕੋ ਬੋਲੀ ਹੈ ਕਿਸੇ ਮਾਂ ਨੇ ਆਪਣੇ ਪੁੱਤ ਨੂੰ ਦਵਾ ਦਿੱਤੀ ਹੈ ਕਿ ਜਾ ਪੁੱਤ ਨੋਟਾਂ 'ਚ ਹੀ ਖੇਡੇ ਉਹ ਜਾ ਕੇ ਬੈਂਕ ਦਾ ਕੈਸ਼ੀਅਰ ਲੱਗ ਗਿਆ ਗਿਣ ਗਿਣ ਕੇ ਸਾਰੀ ਉਮਰ ਲੋਕਾਂ ਨੂੰ ਦਿੱਤੇ ਉਹ ਹਿਸਾਬ ਆ ਸਾਡੇ ਪਰਦੇਸੀ ਭਰਾਵਾਂ ਦਾ ਆਖੇ ਰਿਆਸਤ ਮਾਂ ਵਰਗੀ ਹੁੰਦੀ ਹੈ ਇਸ ਮਾਂ ਨੇ ਇਹਨਾਂ ਨੂੰ ਸੀਨੇ ਤਾਂ ਕੀ ਲਾਉਣਾ ਸੀਗਾ ਇੱਕ ਵੋਟ ਦਾ ਹੱਕ ਮਿਲਿਆ ਸੀ ਉਹ ਵੀ ਇਹਨਾਂ ਤੋਂ ਖੋਹ ਲਿਆ ਜਦੋਂ ਮੁਲਕ 'ਤੇ ਔਖਾ ਟਾਈਮ ਆਇਆ ਪਰਦੇਸੀਆਂ ਨੇ ਸਹਾਰਾ ਲਾਇਆ ਜੇ ਸੱਚੀ ਪੁੱਛੋ ਤਾਂ ਖਿੱਚ ਧੂ ਕੇ ਮੁਲਕ ਨੂੰ ਇੱਥੇ ਤੱਕ ਲੈ ਕੇ ਵੀ ਪਰਦੇਸੀ ਆਏ ਨਹੀਂ ਤਾਂ ਕਦੋਂ ਦਾ ਦਿਵਾਲੀਆ ਨਿਕਲ ਜਾਣਾ ਸੀਗਾ ਇਹਨਾਂ ਨਾਲ ਮੁਲਕ ਨੇ ਵਫਾ ਕੀ ਕਰਨੀ ਇਹਨਾਂ ਨਾਲ ਘਰ ਦੇ ਵਫਾ ਨਹੀਂ ਕਰਦੇ ਇਹ ਉੱਥੇ ਬਿਲਡਿੰਗਾਂ ਨਾਲ ਲਟਕ ਟਰੱਕ ਚਲਾ ਗੱਡੀਆਂ ਚਲਾ ਹੋਟਲਾਂ 'ਚ ਕੰਮ ਕਰ ਅਤੇ ਪਿਛਲਿਆਂ ਦੀਆਂ ਫਰਮਾਇਸ਼ਾਂ ਨਹੀਂ ਮੁੱਕਦੀਆਂ ਜੇ ਚਾਰਾਂ ਨੇ ਭੇਜਣ ਤਾਂ ਪਿਛਲੇ ਤਸਵੀਰਾਂ ਭੇਜੀ ਜਾਂਦੇ ਆ ਕਿ 1-2-5 ਲੈ ਲਿਆ ਗੱਡੀ ਲੈ ਲਈ ਕੋਠੀ ਪਾ ਲਈ ਅੱਗੇ ਗਾਂ ਬੜੀ ਸਵਾਲੀ ਲੱਭਦੀ ਸੀ ਗਾਂ ਲੈ ਲਈ ਅਤੇ ਟਰੈਕਟਰ ਲੈ ਲਿਆ ਜਦੋਂ 25-30 ਸਾਲ ਬਾਅਦ ਉਹ ਬਿਸਤਰਾ ਗੋਲ ਕਰਕੇ ਘਰ ਆਉਂਦਾ ਅਤੇ ਉਹ ਆਪਸ 'ਚ ਵੰਡ ਵੰਡਾ ਕੇ ਅਰਸ਼ਾ ਬੈਠੇ ਹੁੰਦੇ ਆ ਪਰਦੇਸੀ ਨਿੰਮ ਵਾਲੇ ਵਿਹੜੇ ਦੇ ਵਿੱਚ ਅਤੇ ਉਹ ਵਿਚਾਰਾ ਜਿਹਾ ਬਿਸਤਰਾ ਗੋਲ ਕਰਕੇ ਵਾਪਸ ਜਾਂਦਾ ਅਤੇ ਜਾਂ ਗਲੀ ਦੀ ਨੁੱਕਰ 'ਤੇ ਕਰਿਆਨੇ ਦੀ ਦੁਕਾਨ ਪਾ ਲੈਂਦਾ ਦੌਲਤ ਤਾਂ ਪਿਛਲਿਆਂ ਨੇ ਡਾਤੀ ਉਹ ਜਿੱਦਾਂ ਕੋਈ ਕਵਾਲ ਕਵਾਲੀ ਕਰ ਰਿਹਾ ਸੀਗਾ ਅਤੇ ਉਹ ਪੀਰ ਮਰੀਦਾਂ ਤੋਂ ਫੜ ਫੜ ਕੇ ਪੈਸੇ ਅਤੇ ਕਵਾਲ 'ਤੇ ਸਿੱਟ ਰਿਹਾ ਸੀ ਉਹ ਪੀਰ ਨੇ ਮਿੰਟ ਕੁ ਸਾਹ ਕੱਢਿਆ ਅਤੇ ਕਵਾਲ ਕਹਿੰਦਾ ਕਿ ਸੱਟੀ ਆ ਨੂਰ ਸੁਲਤਾਨਾ ਤੇਰੇ ਕਿਹੜਾ ਆਪ ਦੇ ਕੈਸੇ ਯਾਰ ਜਹਲ ਬੰਦੇ ਅਸੀਂ ਕੁਰਸੀਆਂ ਤੇ ਬਾਤ ਤੇ ਕੈਸੇ ਖੋਤੇ ਦਿਮਾਗ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਇਸ ਅਸਲ ਸਟਾਕੀ ਇਹ ਕੌਣ ਆ ਇਹ ਸਮਝਦੇ ਆ ਵੀ ਜ਼ਿਮੀਦਾਰ ਤੇ ਕਿਸਾਨ ਸਟਾਕੀ ਆ ਉਹ ਸਰਕਾਰ ਦਾ ਹੁਕਮਨਾਮਾ ਆਇਆ ਅਖੇ 25 ਮਣ ਤੋਂ ਵੱਧ ਅਖੇ ਕਿਸਾਨ ਰੱਖ ਨਹੀਂ ਸਕਦਾ ਬਾਕੀ 3900 ਰੁਪਏ ਦੇ ਹਿਸਾਬ ਨਾਲ ਅਖੇ ਸਰਕਾਰ ਨੂੰ ਦੇਣੀ ਅੱਛਾ ਜੀ ਉਹ 25 ਮਣ ਤਾਂ ਸਾਲ ਦੀ ਮੁਲਾਜ਼ਮ ਸਾਡੇ ਕੋਲ ਲੈ ਜਾਂਦਾ ਤੇ 25 ਮਣ ਤਾਂ 25 ਕਿੱਲਿਆਂ 'ਚ ਬੀਜ ਪੈਂਦਾ 25 ਮਣ ਤਾਂ ਅਸੀਂ ਆਏ ਗਏ ਪ੍ਰਾਹੁਣਿਆਂ ਵਾਸਤੇ ਰੱਖੀ ਦੀ ਹੈ 25 ਮਣ ਤਾਂ 6 ਕਿੱਲਿਆਂ 'ਚ ਉਸ਼ਰ ਨਿਕਲ ਜਾਂਦਾ ਹੈ ਤੂੰ ਕਹਿੰਦਾ ਅਖੇ 25 ਤੂੰ ਹੁੰਨਾ ਕੌਣ ਆ ਸਾਨੂੰ ਕਹਿਣ ਵਾਲਾ ਸਾਡੀ ਫਸਲ ਆ ਸਾਨੂੰ ਪਤਾ ਜਿੰਨੀ ਰੱਖਣੀ ਜਿੰਨੀ ਵੇਚਣੀ ਸਾਡੇ ਕੋਲੋਂ ਪਿਛਲੇ ਸਾਲ 2200 ਰੁਪਈਏ ਲੈ ਕੇ ਤੇ ਉਹ ਮੁੜ ਕੇ ਜਾਂਦੀ 4500-5000 ਕਰਦੀ ਹੈ ਸਾਨੂੰ ਸਾਡੇ ਮੱਥੇ ਤੇ ਬੇਵਕੂਫ ਲਿਖਿਆ ਚੰਗੀ ਸਰਕਾਰ ਤਾਂ ਫਸਲ ਤਾਂ ਲੈਂਦੀ ਹੈ ਵੀ ਉਹਦਾ ਰੇਟ ਨੂੰ ਕੰਟਰੋਲ ਕਰਨਾ ਹੈ ਤੇ ਤੁਸੀਂ ਉਹ ਮਹੀਨੇ ਬਾਅਦ ਹੀ ਰੇਟ ਡਬਲ ਕਰ ਦਿੰਦੇ ਇਹ ਕਿਹੜੀ ਸਰਕਾਰ ਦੇ ਗੱਲੇ ਆ ਵੀ ਜਿੱਦ ਜਾਂਦੇ ਹੀ ਰੇਟ ਡਬਲ ਹੋ ਜਾਂਦਾ ਹੈ ਉਹ ਮਿੱਲਾਂ ਵਾਲਿਆਂ ਨੂੰ ਤੁਸੀਂ ਦਿੱਤੀ ਉਹ ਮਿੱਲਾਂ ਵਾਲੇ 60 ਥੈਲੇ ਦੇ ਕੇ 100 ਲਿਖਾਉਂਦੇ ਹੈ ਆਟੇ ਪਿੱਛੇ ਦੁਨੀਆ ਇੱਥੇ ਰੁਲ ਅੱਛਾ ਸਰਕਾਰ ਕਹਿੰਦੀ ਹੈ ਕਿ ਜਿਹੜਾ ਘਰ ਰੱਖੂਗਾ ਉਹ ਤੇ ਛਾਪੇ ਮਾਰਾਂਗੇ ਡਾਲੇ ਆਣਗੇ ਉਦੋਂ ਸਰਕਾਰ ਦੇ ਡਾਲੇ ਕਿੱਥੇ ਮਰੇ ਸੀ ਸਰਕਾਰ ਉਦੋਂ ਕੌਮੇ ਹੀ ਸੀ ਜਦੋਂ ਅਸੀਂ ਧੱਕੇ ਖਾਂਦੇ ਰਹੇ ਹਾਂ ਖਾਦ ਪਿੱਛੇ ਹੈ ਉਹ 2200 ਦੀ ਬੋਰੀ ਸਾਨੂੰ 3-3000 ਚ ਮੜਦੇ ਰਹੇ ਹਾਂ ਡਬਲ ਕੀਮਤ ਫਕੀਰਾਂ ਜ਼ਰਾ ਲਾਈਨਾਂ ਚ ਲਾ ਕੇ ਅਸੀਂ ਲੈਂਦੇ ਰਹੇ ਹਾਂ ਉਦੋਂ ਸਰਕਾਰ ਕਿੱਥੇ ਮਰੀ ਸੀ ਸ਼ੂਗਰ ਮਿੱਲਾਂ ਕੋਲੋਂ ਅਸੀਂ ਠੁੱਡੇ ਖਾਦੇ ਸਾਡੀਆਂ ਹਜੇ ਤੱਕ ਪੇਮੈਂਟਾਂ ਆ ਰਹੀਆਂ ਸਾਡੀਆਂ ਕਟੌਤੀਆਂ ਕਰਕੇ ਸਾਨੂੰ ਜ਼ਲੀਲ ਕਰਤਾ ਮਿੱਲ ਨੇ ਉਦੋਂ ਸਰਕਾਰ ਕਿੱਥੇ ਮਰੀ ਸੀ ਹੈ ਉਹ ਸਾਡੇ ਕੋਲੋਂ ਮਿੱਲਾਂ ਵਾਲੇ 2200 ਰੁਪਈਏ ਕਣਕ ਲੈ ਕੇ ਪਿਛਲੀ ਵਾਰੀ ਸਾਨੂੰ 3000 ਦੀ ਮਣ ਚੋਕਰ ਦਿੰਦੇ ਰਹੇ ਉਦੋਂ ਸਰਕਾਰ ਨੂੰ ਕੋਈ ਪਤਾ ਨਹੀਂ ਹੁਣ ਸਰਕਾਰ ਨੂੰ ਯਾਦ ਆਇਆ ਵੀ ਇਹ ਕਿਸਾਨਾਂ ਕੋਲ ਸਟਾਕੀਏ ਤੈਨੂੰ ਮੈਂ ਦੱਸਦਾ ਸਟਾਕੀਏ ਕੌਣ ਸਟਾਕੀਏ ਤੇਰੇ ਸੰਭਲੀ ਹਾਲ ਚ ਸਟਾਕੀਏ ਤੇਰੇ ਸੱਜੇ ਖੱਬੇ ਆ ਤੂੰ ਸਮਝਦਾ ਇਸ ਗਰੀਬ ਕਿਸਾਨ ਨੂੰ ਵੀ ਇਹ ਸਟਾਕੀਏ ਮੈਂ ਆਵਾਮ ਨੂੰ ਕਹੂੰਗਾ ਵੀ ਤੁਹਾਡੇ ਕੋਲ MNA MPA ਵੀ ਆ ਉਹਨਾਂ ਨੂੰ ਵੀ ਪੁੱਛਿਓ ਵੀ ਖਾਦ ਚ ਅਸੀਂ ਜ਼ਲੀਲ ਹੋਏ ਆ ਖਾਦ ਲੈਣ ਵਾਸਤੇ ਕੀ ਕੀਤਾ ਸਾਡੇ ਵਾਸਤੇ ਹੈ ਮਿੱਲਾਂ ਨੇ ਸਾਨੂੰ ਜ਼ਲੀਲ ਕੀਤਾ ਤੁਸੀਂ ਕੀ ਕੀਤਾ ਸਾਡੇ ਵਾਸਤੇ
आटे पिछे इतने लोग धक्के खाते रहे सिर्फ असेंबली हाल के ठंडिया हवावां वाल लैण वास्ते बनाया सी असीं पुछो सवाल करो हाँ जी ये बोलण दा यही टाइम फिर खांदे रहो सारा पांच साल छेत्र बह के टाइम दे उत्ते तुसीं बोलदे नहीं ते बाकी सरकार नूं मेरी एक गल कन्न खोल के सुन लवे किसान जिमीदार जिड्डा भी गरीब होवे जिन्ना भी माड़ा होवे अपनी फसल जिहड़ी है ना उह सूरां दे हत्थों खराब नहीं होण दिंदे असीं सियाणे कहिंदे आ ग्यारी दा पता बारी नूं लगदा जदों लस्सी नहीं लभदी भी पिंडां दे जिहड़े बंदे को लिख पढ़ गया कोई डाक्टर बन गया कोई अफसर बन गया किसी को चार पैसे आए वो शहरां दा रुख कर जांदे आ या बाहरले मुल्कां दा कर जांदे आ पिंड नूं कंड कर जांदे आ मुड़ के बात नहीं पुछदे वट्टा नहीं मारदे आ दूर की जाना साडे अपने पिंड दे अफसर लगे आ वो डाक्टर बने आ ते वो पिंड छड्ड के चले गए आखे इत्थे सहूलतां नहीं है इदां तां नहीं बणन लगियां सहूलतां भी तूं इत्थे ही हस्पताल बनाओ इत्थे ही कोई इत्थे मरीज नहीं हैगे है मुड़ के वो शहरां च जाके ते उत्थे आखे सानूं पिंड याद आंदा ते आखे वो लस्सी ते कड़िया दुद्ध ਉਹ ਜਿਹੜੀਆਂ ਵੱਡੀ ਵੱਡੀ ਉੱਚੀ ਉੱਚੀ ਬਿਲਡਿੰਗਾਂ ਤੇ ਉਹ ਚੋਲੋ ਚੋ ਕੇ ਪੀਂਦੇ ਰਹੋ ਜਦੋਂ ਮਰ ਜਾਂਦੇ ਆ ਫਿਰ ਕਹਿੰਦੇ ਆਖੇ ਦਫਨਾਣਾ ਪਿੰਡ ਆ ਆਹੋ ਵੀ ਮਰੇ ਬੰਦੇ ਨੂੰ ਕਿਹੜਾ ਸਹੂਲਤਾਂ ਚਾਹੀਦੀਆਂ ਸਹੂਲਤਾਂ ਤਾਂ ਜਿਉਂਦਿਆਂ ਨੂੰ ਚਾਹੀਦੀਆਂ ਵੀ ਉਹ ਕਬਰ ਨੂੰ ਮੁੜ ਕੇ ਛੱਡਣਾ ਅਸੀਂ ਜਿਉਂਦੇ ਤਾਂ ਉਹ ਕਿਸੇ ਦੇ ਕੰਮ ਨਹੀਂ ਆਏ ਜੇ ਇਹੀ ਹਿਸਾਬ ਰਿਹਾ ਤੇ ਪਿੰਡ ਤਾਂ ਇੱਕ ਦਿਨ ਉੱਜੜ ਜਾਣਗੇ ਆਖਰ ਸਾਰੇ ਸ਼ਹਿਰ ਜਾ ਕੇ ਵੱਸ ਜਾਣਗੇ ਜਿੱਦਾਂ ਕੋਈ ਬੰਦਾ ਮਰਿਆ ਤੇ ਫਰਿਸ਼ਤੇ ਹਿਸਾਬ ਲੈਣ ਲੱਗੇ ਤੇ ਉਹਨੇ ਮੂੰਹ ਪਰਾਂ ਨੂੰ ਕਰ ਲਿਆ ਫਰਿਸ਼ਤੇ ਉਸ ਪਾਸੇ ਗਏ ਉਹਨੇ ਮੂੰਹ ਦੂਏ ਪਾਸੇ ਨੂੰ ਕਰ ਲਿਆ ਤੀਸਰੀ ਵਾਰੀ ਉਹਨਾਂ ਨੇ ਖਿੱਚ ਕੇ ਲਿਆ ਹਿਸਾਬ ਤੇ ਅੱਗੋਂ ਕਹਿੰਦਾ ਜੇ ਇਹੀ ਹੱਥ ਰਿਹਾ ਨਾ ਤੇ ਫਿਰ ਇੱਥੇ ਵੜਨ ਵੀ ਕੋਈ ਨਹੀਂ ਲੱਗਾ ਸ਼ਹਿਰਾਂ ਦੇ ਵਿੱਚ ਬੰਦੇ ਸ਼ਾਮ ਨੂੰ ਕੰਮ ਤੋਂ ਵਿਹਲੇ ਹੋ ਕੇ ਅਗਲੇ ਬਾਹਰ ਜਾ ਕੇ ਹੋਟਲਾਂ ਤੇ ਰੋਟੀਆਂ ਖਾਂਦੇ ਆ ਤੇ ਉਹ ਪਲੈਨਿੰਗਾਂ ਕਰਦੇ ਆ ਗਾਂਹ ਤੋਂ ਗਾਂਹ ਤਰੱਕੀ ਕਰਦੇ ਆ ਵੱਡੀਆਂ ਵੱਡੀਆਂ ਗੱਲਾਂ ਤੇ ਅਸੀਂ ਸਾਡਾ ਤਾਂ ਆਹੀ ਘੀਚੀ ਡੰਡੇ ਚੋਂ ਨਹੀਂ ਨਿਕਲੇ ਸਵੇਰੇ ਤੜਕੇ ਉੱਠਦੇ ਹੱਥ 'ਚ ਦਾਤਰੀ ਤੇ ਪੱਲੀ ਫੜਾ ਦਿੰਦੇ ਚੱਲ ਵੀ ਪੱਠਿਆਂ ਨੂੰ ਉਹ ਪੱਠਿਆਂ ਤੋਂ ਵਿਹਲੇ ਹੋ ਕੇ ਤੇ ਆ ਕੇ ਦੁਪਹਿਰ ਨੂੰ 10 ਮਿੰਟ ਛਾਵੇਂ ਬਹਿੰਦੇ ਪਿੱਛੋਂ ਕੋਈ ਆਵਾਜ਼ ਪੈ ਜਾਂਦੀ ਹੈ ਬੱਕਰੇ ਨੇ ਘੋਟੂ ਲੈ ਲਿਆ ਮੱਝ ਨੇ ਸਿੰਘ 'ਚ ਪੂਛਾ ਲੜਾ ਲਈ ਇਸੇ ਭਾਜ ਨਾਲ ਫਿਰ ਜਿਹੜੇ ਮੁਲਾਜ਼ਮ ਆ ਕਦੀ ਕੋਈ ਚਾਹ ਲੈਣ ਜਾ ਰਿਹਾ ਕੋਈ ਭਾਂਡੇ ਚੱਕਣ ਜਾ ਰਿਹਾ ਹੈ ਤੇ ਫਿਰ 24 ਘੰਟੇ ਉਹਨਾਂ ਦਾ ਰੁੱਸਣ ਦਾ ਡਰ ਆ ਉਹ ਸਾਡਾ ਖੂਨ ਸਕਾਈ ਰੱਖਦਾ ਉਹ ਮੁਲਾਜ਼ਮਾਂ ਨੂੰ ਅਸੀਂ ਨਹੀਂ ਰੱਖਿਆ ਮੁਲਾਜ਼ਮਾਂ ਨੇ ਸਾਨੂੰ ਰੱਖਿਆ ਜਿਹੜਾ ਹਾਲਾਤ ਚੱਲ ਰਿਹਾ ਰਾਤੀ ਕੋਈ ਨੀਂਦ ਪੂਰੀ ਕਰਨੀ ਹੁੰਦੀ ਹੈ ਤੇ ਰਾਤੀ ਉਹ ਬੇੜਕ ਗੁਆਂਢੀਆਂ ਵੱਲ ਹੁੰਦੀ ਆ ਠਾ ਕੇ ਸਾਨੂੰ ਚੱਲ ਜਾਂਦਾ ਬੈਠੇ ਰਹੋ ਮੂੰਹ ਚੱਕ ਕੇ ਮੰਜੇ ਤੇ ਅਗਲੇ ਦਿਨ ਮੈਂ ਗਿਆ ਲੈਲ ਪਰ ਤੇ ਉਹ ਪਿੱਛੋਂ ਮੱਝ ਹੀ ਨਹੀਂ ਮਿਲੀ ਆਖੇ ਤੇਰੇ ਹੱਥ ਪਈ ਹੈ ਵੀ ਮੇਰਾ ਕੋ ਅੰਗੂਠਾ ਫਿੰਗਰ ਪ੍ਰਿੰਟ ਆ ਵੀ ਮੈਂ ਪਾਸਵਰਡ ਲਾਇਆ ਵੀ ਵੰਗਾ ਮਾਰ ਕੇ ਚੋਲੋ